Thank you.
ਹੋ ਜਾਂਦੇ ਨੇ। ਹੋਰ ਸਿੱਖ ਸੇਵਕ ਵੀ ਦਰਸ਼ਨ ਕਰਨ ਆ ਰਹੇ ਨੇ। ਆਪਣੇ ਘਰ ਦੇ ਵਿੱਚੋਂ ਯਥਾ ਸ਼ਕਤ ਭੇਟਾਵਾਂ ਲੈ ਕਰਕੇ ਪਹੁੰਚ ਰਹੇ ਨੇ। ਰਾਮਦਾਸਪੁਰ ਨਗਰ ਤੋਂ ਵੀ ਸੰਗਤ ਪਹੁੰਚ ਰਹੀ ਹੈ ਮਹਾਰਾਜ ਦੇ ਦਰਸ਼ਨ ਕਰਨ। ਪ੍ਰਿਥੀ ਚੰਦ ਦੀ ਦਾਸੀ ਨੇ ਜਦੋਂ ਇਹ ਸਾਰਾ ਵਰਤਾਂਤ ਦੇਖਿਆ ਸੁਣਿਆ, ਉਹਨੇ ਜਾ ਕਰਕੇ ਪ੍ਰਿਥੀ ਚੰਦ ਦੀ ਘਰਵਾਲੀ ਬੀਬੀ ਕਰਮ ਨੂੰ ਦੱਸਿਆ ਕਿ ਉਹਨਾਂ ਦੇ ਘਰ ਦੇ ਵਿੱਚ ਤਾਂ ਬਹੁਤ ਜ਼ਿਆਦਾ ਰੌਣਕ ਲੱਗੀ ਹੋਈ ਹੈ। ਬਾਲਕ ਦਾ ਜਿਹੜਾ ਉਤਸਵ ਮਨਾਇਆ ਜਾ ਰਿਹਾ ਹੈ, ਸਾਰੇ ਪਾਸੇ ਖੁਸ਼ੀ ਦੀ ਲਹਿਰ ਪੈ ਰਿਹਾ, ਬਹੁਤ ਜ਼ਿਆਦਾ ਖੁਸ਼ੀਆਂ ਖੇੜੇ ਨੇ। ਤੁਹਾਡੇ ਘਰ ਵਾਲੇ ਕੋਲ ਤਾਂ ਇੰਨੀ ਸੰਗਤ ਆਉਂਦੀ ਨਹੀਂ ਜਿੰਨੀ ਸੰਗਤ ਉਹਨਾਂ ਕੋਲ ਜਾਂਦੀ ਹੈ। ਉੱਥੇ ਤਾਂ 24 ਘੰਟੇ ਰੌਣਕ ਲੱਗੀ ਰਹਿੰਦੀ ਹੈ। ਉਹਨਾਂ ਦਾ ਪੁੱਤਰ ਬੜਾ ਸੋਹਣਾ ਹੈ, ਜਿਹੜੇ ਕਿਸੇ ਨੇ ਦੇਖਿਆ ਤੱਕਿਆ ਉਹਨਾਂ ਦੇ ਗੁਣੀ ਗਾਈ ਜਾ ਰਹੇ ਆ। ਇੱਦਾਂ ਹੁਣ ਜਦੋਂ ਦਾਸੀ ਨੇ ਪ੍ਰਿਥੀ ਚੰਦ ਦੀ ਘਰਵਾਲੀ ਨੂੰ ਦੱਸਿਆ ਨਾ, ਤਾਂ ਫਿਰ ਉਹ ਸੜ ਬਲ ਜਾਂਦੀ ਹੈ, ਗੁੱਸੇ ਹੋ ਜਾਂਦੀ ਹੈ। ਅਤੇ ਜਦੋਂ ਪ੍ਰਿਥੀ ਚੰਦ ਘਰ ਦੇ ਵਿੱਚ ਆਉਂਦਾ ਤਾਂ ਪ੍ਰਿਥੀ ਚੰਦ ਨੂੰ ਕਹਿੰਦੀ ਹੈ ਕਿ ਤੇਰਾ ਕੀਤਾ ਹੋਇਆ ਵਚਨ ਤਾਂ ਝੂਠਾ ਨਿਕਲਿਆ। ਤੂੰ ਕਿਹਾ ਸੀ ਉਹਨਾਂ ਦੇ ਘਰ ਦੇ ਵਿੱਚ ਪੁੱਤਰ ਨਹੀਂ ਹੋਏਗਾ, ਪੁੱਤਰ ਤਾਂ ਹੋ ਗਿਆ ਹੈ, ਅਤੇ ਹੁਣ ਆਪਾਂ ਪਰਦਾ ਗਤੀ ਕਿੱਦਾਂ ਪ੍ਰਾਪਤ ਕਰਾਂਗੇ। ਹੁਣ ਪ੍ਰਿਥੀ ਚੰਦ ਜੀ ਬੋਲ ਕਰਕੇ ਬੀਬੀ ਕਰਮਾ ਨੂੰ ਜੋ ਕੁਝ ਆਖਦੇ ਨੇ, ਕਵੀ ਭਾਈ ਸੰਤੋਖ ਸਿੰਘ ਜੀ ਨੇ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਅੰਦਰ ਜਿੱਦਾਂ ਅੰਕਿਤ ਕੀਤਾ ਹੈ, ਆਓ ਪਿਆਰ ਸ਼ਰਧਾ ਸਤਿਕਾਰ ਨਾਲ ਸ਼੍ਰਵਣ ਕਰੀਏ। ਮਹਾਰਾਜ ਦੇ ਚਰਨਾਂ ਦਾ ਧਿਆਨ ਧਰ ਕੇ ਆਪੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕਹਿੰਦੇ ਜਦੋਂ ਦੇਖਿਆ ਉਹਨਾਂ ਨੇ ਵੀ ਨੰਗੇ ਪੈਰ ਚੱਲ ਕਰਕੇ ਆਏ ਨੇ, ਸਿਰ ਦੇ ਉੱਤੇ ਭਾਰ
ਇਸ ਸਾਧਨ ਨੂੰ ਆਪਣੇ ਹਿਰਦੇ ਚੋਂ ਕੱਢ ਨਹੀਂ ਨਾ ਦਿੰਦੇ, ਉਹਨਾਂ ਸਮਾਂ ਸਾਡੇ ਅੰਦਰ ਪੀੜ ਹੁੰਦੀ ਰਹੇਗੀ। ਕਹਿੰਦੇ ਨਾ ਸਾਨੂੰ ਨੀਂਦ ਆਏਗੀ ਨਾ ਭੋਜਨ, ਛੱਡਣ ਦਾ ਮਨ ਕਰੇਗਾ, ਜਿਹੜੀ ਚਿੰਤਾ ਵਧਦੀ ਜਾਏਗੀ। ਕਹਿੰਦੇ ਅਸੀਂ ਯਤਨ ਕਰਾਂਗੇ ਵੀ ਜਿਹੜਾ ਇਹ ਪੁੱਤਰ ਹੈ ਨਾ ਉਹਨੂੰ ਖਤਮ ਕਰ ਦੇਈਏ। ਯਤਨ ਥਲ ਹੈ ਜਿਵ ਚਿੰਤਵਤ ਰਹੋ ਤਿਵ ਕਿਤਕ ਦਿਵਸ ਮੈਂ ਕਰਹੋ ਨਹਾਨ ਕਰਹੋ ਸਮਾਨ। ਕਹਿੰਦੇ ਥੋੜ੍ਹੇ ਸਮੇਂ ਦੇ ਵਿੱਚ ਅਸੀਂ ਇਸ ਪੁੱਤਰ ਨੂੰ ਖਤਮ ਕਰ ਦੇਵਾਂਗੇ। ਅਸੀਂ ਜਿਵੇਂ ਕਿਵੇਂ ਕਰਕੇ ਗੁਰਤਾ ਗੱਦੀ ਆਪਣੇ ਘਰ ਦੇ ਵਿੱਚ ਹੀ ਰੱਖਾਂਗੇ, ਗੁਰਤਾ ਗੱਦੀ ਸਾਡੇ ਪਾਸ ਆ ਜਾਏਗੀ। ਜਿੰਨਾ ਸਮਾਂ ਕਹਿੰਦੇ ਬੱਚਾ ਮਾਤਾ ਦੀ ਗੋਦ ਦੇ ਵਿੱਚ ਹੈ ਨਾ, ਉਹਨਾਂ ਸਮਾਂ ਤਾਂ ਜਾ ਕਰਕੇ ਕੋਈ ਵੀ ਔਰਤ ਜਿਹੜੀ ਹੈ ਉਸ ਬੱਚੇ ਨੂੰ ਮਾਰ ਸਕਦੀ ਹੈ। ਥੋੜ੍ਹੀ ਜਿਹੀ ਹੁਣ ਚਤੁਰ ਬੁੱਧੀ ਵਾਲੀ ਕੋਈ ਔਰਤ ਜੇ ਆਪਾਂ ਨੂੰ ਮਿਲ ਜਾਏ ਜਿਹੜੀ ਜਾ ਕਰਕੇ ਉਸ ਬਾਲਕ ਨੂੰ ਮਾਰ ਦੇਵੇ। ਇਹੋ ਜਿਹੀ ਇਸਤਰੀ ਖੋਜੋ ਜਿਹਨੂੰ ਧੰਦੇ ਕਰਕੇ ਅਸੀਂ ਆਪਣਾ ਇਹ ਕਾਰਜ ਕਰਵਾ ਲਈਏ। ਕਹਿੰਦੇ ਦੇਖੋ ਜੇ ਆਪਾਂ ਨੂੰ ਆਪਣੇ ਇਸ ਨਗਰ ਦੇ ਵਿੱਚ ਰਾਮਦਾਸਪੁਰ ਦੇ ਵਿੱਚ ਮਿਲ ਜਾਵੇ ਤਾਂ ਬਹੁਤਾ ਚੰਗਾ, ਜੇ ਉਹਨਾਂ ਦੇ ਘਰ ਦੇ ਵਿੱਚ ਕੋਈ ਦਾਸੀ ਮਿਲ ਜਾਵੇ ਜਿਹੜੀ ਉਹਨਾਂ ਦੇ ਘਰ ਰਹੇ, ਮਹਾਰਾਜ ਗੁਰੂ ਅਰਜਨ ਦੇਵ ਜੀ ਦੇ ਘਰ ਰਹੇ, ਤੇ ਸਾਨੂੰ ਉਹ ਵੀ ਚੰਗਾ ਹੈ। ਜਾਂ ਫਿਰ ਉਹਨਾਂ ਦੇ ਘਰ ਦੀ ਕੋਈ ਦਾਸੀ ਜਿਹੜੀ ਲਾਲਚ ਦੇ ਵਾਸਾ ਆ ਕਰਕੇ ਸਾਡੇ ਹੱਥੀ ਚੜ ਜਾਵੇ, ਸਾਡੀ ਕਹੀ ਗੱਲ ਮੰਨ ਲਵੇ, ਉਹ ਸੁਖੈਨ ਸੌਖੇ ਢੰਗ ਦੇ ਨਾਲ ਹੀ ਇਹ ਕੰਮ ਕਰ ਦੇਵੇਗੀ। ਕਹਿੰਦੇ ਇਸ ਪ੍ਰਕਾਰ ਅੱਜ ਤੋਂ ਤੁਸੀਂ ਖੋਜਣਾ ਸ਼ੁਰੂ ਕਰਦੇ ਹੋ ਇਹੋ ਜਿਹੀ ਔਰਤ ਜਿਹੜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਾਲਕ ਨੂੰ ਮਾਰ ਮੁਕਾਵੇ। ਏਦਾਂ ਇਹ ਗੱਲਬਾਤ ਕਰਦੇ ਹੋਇਆ ਕਰਮ ਉੱਚੀ ਦੇਣੇ ਹੱਸੀ ਹੈ ਦੁਰਮਤ ਧਾਰ ਕਰਕੇ। ਇਸ ਪ੍ਰਕਾਰ ਏਦਾਂ ਰਹਿ ਮਸ਼ਵਰਾ ਕਰਕੇ ਦੋਨੇ ਜੀ ਰਾਤ ਨੂੰ ਵਿਸ਼ਰਾਮ ਕਰਦੇ ਨੇ, ਔਰ ਜਦੋਂ ਸਵੇਰੇ ਦਿਨ ਚੜ੍ਹਦਾ ਫਿਰ ਚਿੱਤ ਦੇ ਵਿੱਚ ਚਿੰਤਾ ਲੱਗੀ ਰਹਿੰਦੀ ਹੈ ਵੀ ਕੋਈ ਨਵੀਂ ਜਿਹੜੀ ਔਰਤ ਲੱਭੀ ਹੈ ਜਿਹੜੀ ਜਾ ਕਰਕੇ ਸਾਡਾ ਕੰਮ ਕਰੇ, ਇਸ ਬਾਲਕ ਨੂੰ ਮਾਰ ਦੇਵੇ। ਏਦਾਂ ਆਪਣੇ ਬੁੱਧੀ ਦੇ ਵਿਚਾਰ ਕਰਦੇ ਹੋਇਆ ਦੇਖਦੇ ਨੇ ਵੀ ਕਿਹੜੀ ਔਰਤ ਨੂੰ ਭੇਜੀਏ ਕਿਹੜੀ ਔਰਤ ਨੂੰ ਭੇਜੀਏ, ਏਦਾਂ ਉਹ ਔਰਤ ਹੁਣ ਲੱਭ ਰਹੇ ਹਨ। ਹੁਣ ਕੀ ਕੀਤਾ ਜਦੋਂ ਦਿਨ ਚੜ੍ਹ ਗਿਆ ਫਿਰ ਆਪਣੀ ਜਿਹੜੀ ਨਿਕਟ ਵਾਲੀ ਦਾਸੀ ਸੀ ਉਹਨੂੰ ਬੁਲਾਇਆ ਆਪਣੇ ਕੋਲੇ। ਹੁਣ ਮਨ ਦੀ ਵਿਰਥਾ ਸੀ ਜਿਹੜੀ ਉਚਾਰਨ ਕਰਕੇ ਦੱਸੀ ਆਪਣੀ ਦਾਸ ਨੂੰ ਬੀਬੀ ਕਰਮੋ ਨੇ, ਔਰ ਦੱਸਦਿਆਂ ਹੋਇਆ ਕਹਿ ਰਹੀ ਹੈ
ਕੇ ਆਪਣੇ ਚਿੱਤ ਵਿੱਚ ਪ੍ਰੇਮ ਧਾਰ ਕਰਕੇ ਮੇਰਾ ਕਾਰਜ ਕਰਨਾ ਕਰੋ, ਐਸੀ ਔਰਤ ਲੱਭ ਕਰਕੇ ਦਿਓ ਜਿਹੜੀ ਕਿ ਜਾ ਕੇ ਗੁਰੂ ਅਰਜਨ ਦੇਵ ਦੇ ਸੁੱਤਰ ਨੂੰ ਸੁੱਤ ਸਪੁੱਤਰ ਨੂੰ ਮਾਰ ਦੇਵੇ। ਏਦਾਂ ਦਾਸੀ ਨੇ ਬਾਤ ਨੂੰ ਗੁਪਤ ਜਾਣ ਕੇ ਆਪਣੇ ਹਿਰਦੇ 'ਚ ਛੁਪਾ ਲਿਆ ਅਤੇ ਹੋਰ ਨਾਲ ਨਾਰੀਆਂ ਤੋਂ ਹੋਰ ਔਰਤਾਂ ਤੋਂ ਪੁੱਛਦੇ ਪੁਛਾਉਂਦੇ ਹੋਏ ਇੱਧਰ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਿਹੜੇ ਬਖਤੇ ਮਹਾਰਾਜ ਘਰ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਮੂੰਹ ਮੰਗੀਆਂ ਮੁਰਾਦਾਂ ਦੇ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਉਪਕਾਰ ਕਰਦੇ ਹੋਏ ਹਨ। ਜਦੋਂ ਮਹਾਰਾਜ ਜੀ ਦਾ ਪ੍ਰਤਾਪ ਸੁਣਿਆ ਦੂਰ ਦੂਰ ਤੋਂ ਸੰਗਤਾਂ ਨੂੰ ਪਤਾ ਲੱਗਿਆ ਕਿ ਮਹਾਰਾਜ ਘਰ ਸਪੁੱਤਰ ਪੈਦਾ ਹੋਇਆ, ਸੰਗਤਾਂ ਦੂਰੋਂ ਦੂਰੋਂ ਚੱਲ ਕੇ ਆ ਰਹੀਆਂ ਹਨ। ਕਹਿੰਦੇ ਹਨ ਵੱਡੇ ਭਾਗ ਨੇ ਸਾਡੇ ਕਿ ਆਪ ਦੇ ਘਰ ਪੈਦਾ ਹੋਏ ਸਪੁੱਤਰ ਦਾ ਸਾਨੂੰ ਦਰਸ਼ਨ ਕਰਨ ਦਾ ਸਮਾਂ ਮਿਲਿਆ ਹੈ। ਬਹੁਤ ਜ਼ਿਆਦਾ ਪ੍ਰਸੰਨ ਹੁੰਦੇ ਨੇ ਮਹਾਰਾਜ ਸਾਹਿਬ ਦੇ ਸਪੁੱਤਰ ਦੇ ਦਰਸ਼ਨ ਕਰਕੇ ਲੋਕ। ਮਹਾਰਾਜ ਜੀ ਦੇ ਸਪੁੱਤਰ ਦਾ ਮੱਥਾ ਚੁੰਮਦੇ ਨੇ, ਉਹ ਬੁੱਢਾ ਸਾਹਿਬ ਜੀ ਦਾ ਉਪਕਾਰ ਜਾਣਦੇ ਹਨ। ਛੱਟੀ ਦਾ ਜਿਹੜਾ ਉਤਸਵ ਮਨਾਇਆ ਜਾਣ ਲੱਗਿਆ ਸਾਰਿਆਂ ਨੂੰ ਹੀ ਬਹੁਤ ਜ਼ਿਆਦਾ ਉਪਹਾਰ ਦਿੱਤੇ ਹਨ ਮਹਾਰਾਜ ਜੀ ਨੇ। ਮਹਾਰਾਜ ਜੀ ਦੇ ਦੁਆਰ ਦੇ ਉੱਤੇ ਬਹੁਤੇ ਸਾਰੇ ਵਾਜੇ ਵੱਜ ਰਹੇ ਨੇ, ਸ਼ਹਿਨਾਈਆਂ ਵੱਜਦੀਆਂ ਪਈਆਂ ਹਨ, ਬਹੁਤੇ ਸਿੱਖ ਨੇ ਜਿਹੜੇ ਉਹ ਖੁਸ਼ ਹਨ। ਏਦਾਂ ਉਤਸਵ ਮਨਾਉਂਦੇ ਆ, ਮੈਨੂੰ ਤਾਂ 10 ਦਿਨ ਬੀਤ ਗਏ ਪਰ ਫਿਰ ਵੀ ਜਿਹੜਾ ਉਤਸਵ ਚੱਲ ਹੀ ਰਿਹਾ, ਹੋਰ ਸੰਗਤਾਂ ਆਈ ਜਾ ਰਹੀਆਂ ਹਨ। ਜਿੱਦਾਂ ਵੱਡਿਆਂ ਦੀ ਮਰਿਆਦਾ ਤੁਰੀ ਆਉਂਦੀ ਸੀ ਉਹ ਸਾਰੀ ਹੀ ਰੋਹ ਰੀਤ ਕੀਤੀ ਗਈ ਹੈ। ਕਹਿੰਦੇ ਜਿਹੜੀਆਂ ਸੋਭਨੀਕ ਧੁਨਾਂ ਹਨ ਉਹ ਜਦੋਂ ਕੰਨਾਂ ਦੇ ਵਿੱਚ ਪੈਂਦੀਆਂ ਹਨ ਤੇ ਬਹੁਤ ਜ਼ਿਆਦਾ ਸੁਣਨ ਵਾਲਿਆਂ ਨੂੰ ਆਨੰਦ ਆ ਰਿਹਾ ਹੈ। ਨਫੀਰਨ ਵੱਜ ਰਹੀਆਂ ਨੇ, ਸ਼ਬਦ ਗਾਏ ਜਾ ਰਹੇ ਨੇ, ਲੋਕ ਸਾਰੇ ਜੈ ਜੈਕਾਰ ਕਰਦੇ ਹਨ। ਬਿਲਾਵਲ ਰਾਗ ਰਾਗੀਆਂ ਨੇ ਗਾਉਣਾ ਕੀਤਾ ਹੈ, ਰਬਾਬੀ ਰਬਾਬ ਵਜਾ ਕਰਕੇ ਪ੍ਰੇਮ ਦੇ ਸਹਿਤ ਰਾਗ ਗਾ ਰਹੇ ਹਨ। ਸੁਣ ਕੇ ਸਿੱਖ ਸੇਵਕਾਂ ਦੇ ਹਿਰਦੇ ਨੇ ਜਿਹੜੇ ਉਹ ਪਿਘਲ ਗਏ ਨੇ, ਜਿੱਥੇ ਬੈਠੇ ਹਨ ਉੱਥੇ ਹੀ ਆਨੰਦ ਦੇ ਵਿੱਚ ਬੈਠੇ ਹਨ। ਕਹਿੰਦੇ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਵਸਤਰ ਭੁੱਖਣ ਸਾਰੇ ਦਿੱਤੇ ਨੇ ਤੇ ਜਿਹੜੀ ਸੰਗਤ ਸ਼ਬਦ ਸੁਣ ਰਹੀ ਸੀ ਉਹ ਜਿੱਥੇ ਬੈਠੀ ਹੈ ਉੱਥੇ ਬੈਠ ਰਹੇ ਹਨ। ਕਹਿੰਦੇ ਮਹਾਰਾਜ ਸਾਹਿਬ ਜੀ ਦਾ ਸਪੁੱਤਰ
ਇੱਕ ਮਹੀਨਾ ਜਦੋਂ ਬੀਤ ਗਿਆ ਮਾਤਾ ਜੀ ਇੰਨੇ ਹੀ ਪ੍ਰੇਮ ਕਰਦੇ ਹਨ। ਰਾਤ ਦਿਨ ਹੀ ਮਾਤਾ ਜੀ ਆਪਣੇ ਪੁੱਤਰ ਨੂੰ ਪ੍ਰੇਮ ਕਰਦੇ ਨੇ, ਆਪਣੀਆਂ ਅੱਖਾਂ ਦੇ ਨਾਲ ਤੱਕਦੇ ਰਹਿੰਦੇ ਹਨ। ਸੱਜੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸੋਹਣੇ ਸੁੰਦਰ ਕੇਸ ਹਨ,
ਤਨਕਾ ਤੋੜ ਤੋੜ ਕੇ ਸੁੱਟਦੇ ਨੇ ਫਿਰ ਔਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਨਾਮ ਲੈਂਦੇ ਨੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦੀ ਸਹਾਇਤਾ ਕਰਨ ਵਾਲੇ ਹਨ। ਜਿਹੜੇ ਹੁਣ ਹੀਰਿਆਂ ਦੇ ਜੜੇ ਹੋਏ ਗਹਿਣੇ ਨੇ ਮਹਾਰਾਜ ਦੇ ਪਹਿਨੇ ਹੋਏ ਤਾਂ ਪਤਾ ਨਹੀਂ ਲੱਗਦਾ। ਹਾਂ, ਜਦੋਂ ਉਹਨਾਂ ਦਾ ਉੱਥੇ ਹੱਥ ਫੇਰੀ ਉਹ ਥੋੜ੍ਹੇ ਜਿਹੇ ਖਰਦਰੇ ਨੇ, ਪਰ ਮਹਾਰਾਜ ਸਾਹਿਬ ਜੀ ਦੀ ਜਿਹੜੀ ਤਨ ਦੀ ਚਮੜੀ ਆ ਬਹੁਤ ਜ਼ਿਆਦਾ ਕੋਮਲ ਹੈ। ਇੱਦਾਂ ਮਹਾਰਾਜ ਸਾਹਿਬ ਦਾ ਸਰੀਰ ਵੀ ਕਦੇ ਸੋਨੇ ਵਰਗਾ ਸੋਨੇ ਦਾ, ਅਤੇ ਮਹਾਰਾਜ ਸਾਹਿਬ ਦੇ ਸਰੀਰ ਵਾਹਿਗੁਰੂ ਪਹਿਨੇ ਹੋਏ ਜਿਹੜੇ ਹੀਰੇ ਜਵਾਹਰਾਤ ਨੇ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਪਿਆ ਹੈ। ਮਹਾਰਾਜ ਜੀ ਦੇ ਪਹਿਨਿਆ ਹੋਇਆ ਸੋਨਾ ਔਰ ਮਹਾਰਾਜ ਸਾਹਿਬ ਜੀ ਦਾ ਸਰੀਰ ਦੋਨੇ ਅੱਖ ਨਾਲ ਦੇ ਨੇ, ਕਿਸੇ ਪ੍ਰਕਾਰ ਕਰਕੇ ਭੇਦ ਨਹੀਂ ਹੈ ਕੋਈ। ਕਦੇ ਜਦੋਂ ਦੇਖਦੇ ਹਾਂ ਨਾ, ਝਾਤ ਮਾਰਦੇ ਹਾਂ, ਸਪਰਸ਼ ਕਰਦੇ ਹਾਂ, ਉਦੋਂ ਪਤਾ ਲੱਗਦਾ ਵੀ ਆਹ ਹੀਰਾ ਅਤੇ ਆਹ ਮਹਾਰਾਜ ਸਾਹਿਬ ਜੀ ਦਾ ਤਨ ਦਾ ਅੰਗ ਹੈ। ਕਹਿੰਦੇ ਹੁਣ ਕੀ ਸੋਭਾ ਕਹਾਂ ਮੈਂ ਮਹਾਰਾਜ ਸਾਹਿਬ ਜੀ ਦੀ, ਹੋਰ ਕਿੰਨਾ ਕੁ ਕਹਿ ਸਕਦਾ। ਭਾਵ ਕਿ ਮੈਂ ਤੁੱਛ ਬੁੱਧੀ ਹਾਂ, ਜਿੰਨਾ ਕੁ ਮੇਰਾ ਬੁੱਧੀ ਦਾ ਬਲ ਚੱਲਦਾ ਸੀ ਮੈਂ ਓਨੀ ਕੁ ਮਹਾਰਾਜ ਸਾਹਿਬ ਜੀ ਦੀ ਸੋਭਾ ਕਹੀ ਆ। ਕਵੀ ਰਾਜਿਆਂ ਨੂੰ ਲਿਖਦੇ ਹਨ ਇਹਨਾਂ ਮਹਾਰਾਜ ਸਾਹਿਬ ਜੀ ਦਾ ਹੁਣ ਸੋਹਣਾ ਸੁੰਦਰ ਸਰੀਰ ਜਿਹੜਾ ਉਹ ਵਧਣ ਲੱਗ ਗਿਆ ਹੈ, ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਬਲ ਕਰਕੇ ਵੱਧ ਰਹੇ ਹਨ। ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਅੰਗ ਇੱਦਾਂ ਵੱਧਦੇ ਪਏ ਨੇ ਹਨ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਬੜੇ ਧੀਰਜ ਦੇ ਨਾਲ, ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਨੰਦ ਦੇ ਨਾਲ ਮਾਤਾ ਜੀ ਨਾਲ ਖੇਡਦੇ ਨੇ। ਮਹਾਰਾਜ ਸਾਹਿਬ ਜੀ ਦਿਨ ਪ੍ਰਤੀ ਦਿਨ ਵੱਧਦੇ ਤੁਰੇ ਜਾ ਰਹੇ ਹਨ। ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਤੀਜੀ ਰਾਸ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜਨਮ ਦਾ ਉਤਸਵ ਜਿਹੜਾ ਸੀ ਉਹ ਪ੍ਰਸੰਗ ਹੁਣ ਸੰਪੂਰਨ ਹੋਇਆ ਹੈ। ਇਹ ਜਿਹੜਾ ਛੇਵਾਂ ਅਧਿਆਇ ਚੱਲ ਰਿਹਾ ਹੈ। ਹੁਣ ਪ੍ਰਿਥੀ ਚੰਦ ਦੀ ਦਾਸੀ ਇੱਧਰ ਕਹਿੰਦੇ ਇੱਕ ਭੈੜੀ ਬੁੱਧੀ ਵਾਲੀ ਔਰਤ ਨੂੰ ਲੱਭ ਰਹੀ ਹੈ ਜਿਹੜੀ ਕਿ ਮਹਾਰਾਜ ਜੀ ਦੇ ਸਾਹਿਬਜ਼ਾਦੇ ਨੂੰ ਮਾਰ ਦੇਵੇ ਜਾ ਕਰਕੇ। ਇੱਕ ਨੇ ਇਹ ਕਹਿ ਕਰਕੇ ਧੀਰਜ ਦਿੱਤਾ ਵੀ ਕੋਈ ਗੱਲ ਨੀ, ਤੇਰਾ ਕੰਮ ਮੈਂ ਕਰਾਂਗੀ। ਰਾਮਦਾਸ ਨਗਰ ਦੇ ਇੱਕ ਕੁਚਲਣੀ ਦਾਈ ਰਹਿੰਦੀ ਹੈ ਜਿਹਦਾ ਕੰਮ ਹੈ ਦਾਈ ਪੂਰਾ ਕਰਨਾ। ਦਾਸੀ ਨੇ ਬੜਾ ਸਮਝਾ ਬੁਝਾ ਕਰਕੇ ਉਹਨੂੰ ਲਿਆ ਕਰਕੇ ਬੀਬੀ ਕਰਮੋ ਦੇ ਨਾਲ ਮਿਲ ਦਿੱਤਾ ਹੈ। ਬੜੇ ਸਤਿਕਾਰ ਦੇ ਨਾਲ ਬੀਬੀ ਕਰਮੋ ਨੇ ਉਹ ਜਿਹੜੀ ਕੁਚਲਣੀ ਔਰਤ ਦਾਈ ਹੈ ਨਾ, ਜਿਹੜੀ ਮਹਾਰਾਜ ਦੇ ਸਾਹਿਬਜ਼ਾਦੇ ਨੂੰ ਮਾਰਨ ਵਾਸਤੇ ਤਿਆਰ ਹੋਈ ਹੈ, ਉਹਨੂੰ ਬੜੇ ਸਤਿਕਾਰ ਨਾਲ ਆਪਣੇ ਕੋਲ ਬਿਠਾਇਆ ਹੈ। ਸਾਗਰ ਸਦਨ ਬਿਠਾਏ ਸਮੀਪੀ ਪੂਰ
ਦੇਖ ਮੇਰੇ ਉੱਤੇ ਬੜੀ ਕਿਰਪਾ ਪਈ ਹੈ, ਬੜਾ ਕਸ਼ਟ ਪਿਆ ਕਰਕੇ ਮੇਰੇ ਉੱਤੇ ਜਿਹੜਾ ਇਹ ਕਸ਼ਟ ਪਿਆ ਇਹਦੀ ਨਿਵਿਰਤੀ ਹੁਣ ਤੂੰ ਕਰਨੀ ਹੁਣ ਉਹਨੂੰ ਕਾਰਨ ਦੱਸ ਰਹੀ ਹੈ। ਜਿਹੜਾ ਛੋਟਾ ਕਹਿੰਦੇ ਉਹਨੇ ਗੁਰਤਾ ਗਤੀ ਪ੍ਰਾਪਤ ਕਰ ਲਈ ਹੈ ਧੋਖੇ ਦੇ ਨਾਲ ਚਲਾਕੀ ਦੇ ਨਾਲ, ਵੱਡਾ ਜਿਹੜਾ ਉਹ ਬੈਠਾ ਹੈ ਹਜੇ ਵੀ। ਬਹੁਤ ਪਾ ਕਰਕੇ ਉਹਨਾਂ ਦੇ ਘਰ ਦੇ ਵਿੱਚ ਪੁੱਤਰ ਪੈਦਾ ਹੋਇਆ ਹੈ, ਇਸੇ ਕਰਕੇ ਉਹਨਾਂ ਦੇ ਘਰ ਦੇ ਵਿੱਚ ਹੁਣ ਇਹ ਜਿਹੜਾ ਉਤਸਵ ਚੱਲ ਰਿਹਾ ਹੈ। ਇਹ ਮਗਤੀ ਦਾ ਮਾਲਕ ਬਣਦਾ ਪਿਆ ਹੈ, ਇਹਦੇ ਤੋਂ ਬਾਅਦ ਗੁਰਤਾ ਗਤੀ ਅਸੀਂ ਵੀ ਲੈਣੀ ਹੈ। ਕਹਿੰਦੇ ਪਹਿਲਾਂ ਸਾਡੇ ਮਨ ਦੀ ਇੱਛਾ ਸੀ ਵੀ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਸਰੀਰ ਕਰਕੇ ਚੜ੍ਹਾਈ ਕਰ ਜਾਣਗੇ ਉਦੋਂ ਗੁਰਤਾ ਤਖਤ ਦੇ ਮਾਲਕ ਅਸੀਂ ਬਣ ਜਾਵਾਂਗੇ। ਕਹਿੰਦੇ ਅਸੀਂ ਚਾਰੇ ਦਿਸ਼ਾਵਾਂ ਦੇ ਵਿੱਚ ਆਪਣੇ ਆਪ ਨੂੰ ਪਜਾਵਾਂਗੇ, ਪਹਿਲਾਂ ਸਾਡੀ ਇਹ ਮਨਸ਼ਾ ਸੀ। ਜਦੋਂ ਉਹਨਾਂ ਦੇ ਘਰ ਦੇ ਵਿੱਚ ਪੁੱਤਰ ਪੈਦਾ ਹੋਇਆ ਨਾ, ਅਸੀਂ ਉਦੋਂ ਤੋਂ ਹੁਣ ਨਿਰਾਸ਼ ਹੋ ਗਏ ਹਾਂ। ਬੀਬੀ ਕਰਮ ਉਹ ਕਹਿ ਰਹੀ ਹੈ ਉਸ ਦਾਈ ਨੂੰ, ਹੁਣ ਅਸੀਂ ਮਨ ਦੇ ਵਿੱਚ ਵਿਚਾਰ ਕੀਤੀ ਆ, ਉਹ ਬਾਲ ਲੱਭਿਆ ਹੱਲ ਲੱਭਿਆ ਵੀ ਜਿਹੜੀ ਕੋਈ ਔਰਤ ਜਾ ਕਰਕੇ ਇਸ ਬਾਲਕ ਨੂੰ ਮਾਰ ਦੇਵੇ। ਜਦੋਂ ਇਹਨਾਂ ਦਾ ਸਾਹਿਬਜ਼ਾਦਾ ਮਰ ਜਾਏਗਾ ਨਾ, ਫਿਰ ਇਹਨਾਂ ਦੇ ਘਰ 'ਚ ਕਿਹੜਾ ਪੁੱਤਰ ਪੈਦਾ ਹੋਣਾ, ਫਿਰ ਸਾਡਾ ਇਹ ਸਾਰਾ ਕਾਰਜ ਠੀਕ ਹੋ ਜਾਏਗਾ। ਸਾਰੇ ਪਦਾਰਥ ਫਿਰ ਸਾਡੇ ਕੋਲ ਆਉਣਗੇ, ਮਾਇਆ ਟਕਾ ਤੇ ਆ ਕੇ ਸਾਨੂੰ ਸੰਗਤ ਮੱਥਾ ਟੇਕੇਗੀ, ਪਾਪ ਸਾਡੀ ਬੜੀ ਸੁਭਾ ਹੋਏਗੀ। ਕਹਿੰਦੇ ਤੇਰੀ ਅਸੀਂ ਬਹੁਤ ਫਿਰ ਜਿਹੜੀ ਜੀਵਿਕਾ ਉਹ ਤੈਨੂੰ ਦੇਵਾਂਗੇ, ਬਹੁਤ ਸਾਰਾ ਤੇਰਾ ਸਨਮਾਨ ਕਰਾਂਗੇ, ਜਿਹੜਾ ਫਿਰ ਤੂੰ ਮੰਗੇਗੀ ਭੋਜਨ ਰਹਿਣ ਨੂੰ ਟਿਕਾਣਾ ਸਾਰਾ ਕੁਝ ਅਸੀਂ ਤੈਨੂੰ ਦੇਵਾਂਗੇ। ਕਹਿੰਦੇ ਤੂੰ ਮੇਰਾ ਇਹ ਕੰਮ ਕਰ ਦੇ, ਮੈਂ ਤਾਂ ਤੇਰਾ ਉਪਕਾਰ ਜਾਣਾਂਗੀ। ਮੈਂ ਮਿਹਰਬਾਨ ਦੇ ਪਿਤਾ ਭਾਵ ਕੇ ਪ੍ਰਿਥੀ ਚੰਦ ਤੋਂ ਤੇਰਾ ਬਹੁਤ ਸਾਰਾ ਸਨਮਾਨ ਵੀ ਕਰਵਾਵਾਂਗੀ। ਇਹ ਕਾਰਜ ਕਦੇ ਤੇਰੇ ਵਰਗਾ ਕੋਈ ਛਤਰ ਨਹੀਂ ਕਰ ਸਕਦਾ, ਜਦੋਂ ਕਾਰਜ ਕਰੇਗਾ ਫਿਰ ਹੀ ਸਾਨੂੰ ਸੁੱਖ ਦੀ ਅਨੁਭੂਤੀ ਹੋਏਗੀ। ਬੀਬੀ ਕਰਮ ਤਾਈ ਨੂੰ ਤਿਆਰ ਕਰਦੀ ਪਈ ਹੈ, ਸਮਝਾਉਂਦੀ ਪਈ ਹੈ, ਤੇ ਹੁਣ ਕੱਲ ਨੂੰ ਅੱਗੇ ਜਿੱਦਾਂ ਇਹ ਕਥਾ ਆਏਗੀ ਉਸੇ ਪ੍ਰਕਾਰ ਆਪਾਂ ਸ਼ਰਵਣ ਕਰਾਂਗੇ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਇਸ ਪ੍ਰਕਾਰ ਦੀ ਪੂਰਾ ਚੁੱਕਾਂ ਦੀ ਖਿਮਾ ਆਓ ਅਖੀਰ ਦੀਆਂ ਦੋ ਤੁਕਾਂ ਪੜ੍ਹ ਕਰਕੇ ਸਮਾਪਤੀ ਕਰੀਏ ਜੀ।
ਸਦਾ